Ça va, ça va. ਚਲੋ ਹੁਣ ਬੈਠੋ, ਹੁਣ ਨਾ ਹੱਸਿਓ, ਤੁਸੀਂ ਦੇਖਿਓ ਕੀ ਬਣਦਾ ਤੁਹਾਡਾ। Ha!
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਾਂ ਸਾਲ 1 ਜਨਵਰੀ ਜਿਹੜਾ ਹੈ, ਨਵਾਂ ਸਾਲ 2018 ਚੜ੍ਹਿਆ, ਉਹਨੂੰ ਹਾਸੇ ਅਤੇ ਖੁਸ਼ੀ ਨਾਲ ਮਨਾਉਣ ਦੀ ਪਰੰਪਰਾ ਜਿਹੜੀ ਹੈ ਉਹ ਸਾਡੇ ਕਾਫੀ ਸਾਲਾਂ ਤੋਂ ਚੱਲ ਰਹੀ ਹੈ। ਅੱਜ ਇਸ ਸੰਬੰਧ ਦੇ ਵਿੱਚ ਸਾਡੇ ਕੋਲ ਦੋ ਬੈਚ ਆ, ਲੇਡੀਜ਼ ਦਾ ਔਰ ਜੈਂਟਸ ਦਾ, ਦੋਨੇ ਬੈਚਾਂ ਦਾ ਇਕੱਠਾ ਜਿਹੜਾ ਹੈ ਲਾਫਿੰਗ ਸੈਸ਼ਨ ਜਿਹੜਾ ਉਹ ਕਰਾਇਆ ਗਿਆ। ਕਹਿੰਦੇ ਆ ਕਿ ਜਿਹੜਾ ਵੀ ਜਦੋਂ ਸਾਲ ਸ਼ੁਰੂ ਹੁੰਦਾ ਜਿਹੜਾ ਕੰਮ ਪਹਿਲੇ ਦਿਨ ਕੀਤਾ ਉਹੀ ਕੰਮ ਬੰਦਾ ਸਾਰਾ ਸਾਲ ਕਰਦਾ, ਇਸ ਕਰਕੇ ਇਹ ਹੱਸੀ ਅਤੇ ਖੁਸ਼ੀ ਦੇ ਨਾਲ ਅਸੀਂ ਜਿਹੜਾ ਹੈ ਇਹਨੂੰ ਚਲਾਉਂਦੇ ਹਾਂ। ਇਸ ਨਵਾਂ ਸਾਲ ਜਿਹੜਾ ਸ਼ੁਰੂ ਕੀਤਾ ਸਾਰੇ ਸਟਾਫ ਦੇ ਨਾਲ, ਟ੍ਰੇਨਿੰਗ ਦੇ ਨਾਲ ਬੈਠ ਕੇ ਜਿਹੜਾ ਇਹਨੂੰ ਲਾਫਿੰਗ ਸੈਸ਼ਨ ਕਰਦੇ ਹਾਂ। ਉਹਦੇ ਨਾਲ ਇੱਕ ਤਾਂ ਸਟ੍ਰੈੱਸ ਰਿਲੀਜ਼ ਹੁੰਦਾ ਆ, ਜਦੋਂ ਬੰਦਾ ਕੋਈ ਹੱਸਦਾ ਆ ਤਾਂ ਉਹਨੂੰ ਸਟ੍ਰੈੱਸ ਨਹੀਂ ਰਹਿੰਦਾ, ਉਹ ਸਟ੍ਰੈੱਸ ਰਿਲੀਜ਼ ਹੁੰਦਾ। ਦੂਸਰਾ, ਹੱਸਦਾ ਚਿਹਰਾ ਜਿਹੜਾ ਹੈ, ਕਿਉਂਕਿ ਸਾਡਾ ਕੰਮ ਜਿਹੜਾ ਹੈ ਪੁਲਿਸ ਦਾ ਉਹ ਲੋਕਾਂ ਦੀ ਸੇਵਾ ਦਾ ਕਰਨਾ ਹੈ, ਸਰਵਿਸ ਹੈ, ਉਹਦੇ ਵਿੱਚ ਜੇ ਅਸੀਂ ਉਹੀ ਕੰਮ ਹੱਸੀ ਖੁਸ਼ੀ ਦੇ ਨਾਲ ਕਰਾਂਗੇ ਲੋਕਾਂ ਨੂੰ ਜਿਹੜਾ ਹੈ ਉਹ ਚੰਗਾਪਣ ਮਹਿਸੂਸ ਹੁੰਦਾ। ਜੇ ਉਹੀ ਕੰਮ ਅਸੀਂ ਰੂੜ ਬੋਲਾਂਗੇ ਕਿਸੇ ਦੇ ਨਾਲ ਹੋਰ ਤਾਂ ਉਹੀ ਕੰਮ ਜਿਹੜਾ ਹੈ ਉਹ ਲੋਕ ਉਸ ਕੰਮ ਨੂੰ ਚੰਗਾ ਨਹੀਂ ਸਮਝਦੇ। ਇਸ ਕਰਕੇ ਇਹ ਜਿਹੜਾ ਹੈ ਅਸੀਂ ਪੰਜਾਬ ਪੁਲਿਸ ਜਿੰਨੇ ਵੀ ਟ੍ਰੇਨਿੰਗ ਆਉਂਦੇ ਆ ਉਹਨਾਂ ਵਾਸਤੇ ਅਸੀਂ ਵੈਸੇ ਵੀ ਇਹ ਸੈਸ਼ਨ ਕਰਦੇ ਹਾਂ, ਲੇਕਿਨ 1 ਜਨਵਰੀ ਦਾ ਸੈਸ਼ਨ ਜਿਹੜਾ ਹੁੰਦਾ ਉਹ ਖਾਸ ਕਰਕੇ ਮਹੱਤਵ ਆ ਕਿ ਅਸੀਂ ਸਾਰਿਆਂ ਨੂੰ ਹੱਸ ਕੇ ਡਿਊਟੀ ਕਰਨਾ ਜਿਹੜਾ ਹੈ ਉਹ ਇੱਥੇ ਸਿਖਾਇਆ ਜਾਂਦਾ ਕਿ ਹੱਸ ਕੇ ਤੁਸੀਂ ਕਿਸ ਤਰੀਕੇ ਨਾਲ ਡਿਊਟੀ ਜਿਹੜੀ ਹੈ ਵਧੀਆ ਤਰੀਕੇ ਨਾਲ ਕਰ ਸਕਦੇ। ਮੇਰੇ ਵੱਲੋਂ ਅਤੇ ਪੂਰੀ ਪੰਜਾਬ ਪੁਲਿਸ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਮੇਰੇ ਵੱਲੋਂ ਅਤੇ ਪੰਜਾਬ ਪੁਲਿਸ ਟੀਮ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਜਿਵੇਂ ਸਾਡੇ ਲਈ ਇਹ ਸਾਲ ਤਰੱਕੀ ਭਰਿਆ ਰਿਹਾ ਹੈ, ਸਾਨੂੰ ਨਿਊ ਜੁਆਇਨਿੰਗ ਹੋਈ ਹੈ ਅਤੇ ਅਸੀਂ ਇਸ ਦੀ ਸ਼ੁਰੂਆਤ ਹੱਸ ਕੇ ਅਤੇ ਇੰਜੋਏ ਕਰਕੇ ਸ਼ੁਰੂ ਕੀਤੀ ਹੈ, ਅਤੇ ਤੁਹਾਡਾ ਸਾਰਿਆਂ ਦਾ ਵੀ ਇਹ ਸਾਲ ਇੱਦਾਂ ਹੀ ਰਹੇ। ਅਸੀਂ ਜਿਵੇਂ ਸਾਨੂੰ ਤਰੱਕੀਆਂ ਮਿਲੀਆਂ ਨੇ, ਤੁਹਾਨੂੰ ਵੀ ਪਰਮਾਤਮਾ ਤਰੱਕੀਆਂ ਦੇਵੇ। ਸਾਡੇ ਲਈ ਇਹ ਸਾਲ ਬਹੁਤ ਵਧੀਆ ਰਿਹਾ, ਬਹੁਤ ਜ਼ਿਆਦਾ ਸਾਨੂੰ ਦੂਜਾ ਸਾਡਾ ਪਰਿਵਾਰ ਮਿਲ ਗਿਆ ਇੱਥੇ ਆ ਕੇ। ਅਸੀਂ ਆਪਣੇ ਪਰਿਵਾਰ ਤੋਂ ਅੱਜ ਸਾਨੂੰ ਮਹਿਸੂਸ ਨਹੀਂ ਹੋਇਆ ਅਸੀਂ ਘਰ ਨਹੀਂ ਗਏ, ਇੱਥੇ ਆ ਕੇ ਸਾਨੂੰ ਬਹੁਤ ਖੁਸ਼ੀਆਂ ਮਿਲੀਆਂ। ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।